ਅਸਮਾਨ ਚੜਦੇ ਹੋਏ ਹੈਲੀਕਾਪਟਰ ਦੇ ਨਾਲ ਇੱਕ ਵੱਡਾ ਹਾਦਸਾ ਵਾਪਰਿਆ ਜਿੱਥੇ ਉੜਦਿਆਂ ਹੋਇਆ ਹੈਲੀਕਾਪਟਰ ਕ੍ਰੈਸ਼ ਹੋ ਗਿਆ ਤੇ ਇਸ ਵਿੱਚ ਸਵਾਰ 5 ਲੋਕਾਂ ਦੀ ਦਰਦਨਾਕ ਮੌਤ ਹੋਈ ਹੈ। ਦੱਸ ਦਈਏ ਕਿ ਇਸ ਹੈਲੀਕਾਪਟਰ ਦੇ ਪਾਇਲਟ ਸਨੇ 5 ਲੋਕਾਂ ਦੀ ਜਾਨ ਚਲੀ ਗਈ ਹੈ। ਮਲਬਾ ਹੇਠਾਂ ਜ਼ਮੀਨ ਤੇ ਖਿਲਰਿਆ ਹੋਇਆ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਅਧਿਕਾਰੀਆਂ ਦੇ ਵੱਲੋਂ। ਏਅਰ ਡਾਇਨੈਸਟੀ ਹੈਲੀਕਾਪਟਰ ਦੱਸਿਆ ਜਾ ਰਿਹਾ ਹੈ ਜੋ ਕਠਮੰਡੂ ਤੋਂ ਰਵਾਨਾ ਹੋਇਆ ਸੀ ਸਿਆਈਬ੍ਰੂ ਫੈਂਸੀ 'ਚ ਜਾਣਾ ਸੀ ਉਹਨੇ, ਪਰ ਉਸ ਤੋਂ ਪਹਿਲਾਂ ਰਾਹ ਦੇ ਵਿੱਚ ਹੀ ਨੇਪਾਲ ਦੇ ਨੁਆਕੋਟ ਜ਼ਿਲ੍ਹੇ ਦੇ ਵਿੱਚ ਸ਼ਿਵਪੁਰੀ ਇਲਾਕੇ ਦੇ ਵਿੱਚ ਇਹ ਹੈਲੀਕਾਪਟਰ ਕ੍ਰੈਸ਼ ਹੋ ਕੇ ਜ਼ਮੀਨ 'ਤੇ ਡਿੱਗਿਆ। ਜ਼ਮੀਨ 'ਤੇ ਸਿਰਫ ਮਲਬਾ ਹੀ ਡਿੱਗਿਆ, ਉੱਤੋਂ ਹੀ ਇਹ ਕ੍ਰੈਸ਼ ਹੋ ਕੇ ਮਲਬਾ ਜਿਹੜਾ ਇਸ ਹੈਲੀਕਾਪਟਰ ਦਾ ਆ ਉਹ ਜਗ੍ਹਾ ਜਗ੍ਹਾ 'ਤੇ ਖਿਲਰ ਗਿਆ। ਸ਼ਿਵਪੁਰੀ ਇਲਾਕੇ ਦੇ ਵਿੱਚ ਥਾਂ ਥਾਂ 'ਤੇ ਇਸ ਹੈਲੀਕਾਪਟਰ ਦਾ ਮਲਬਾ ਡਿੱਗਿਆ ਹੋਇਆ ਜਿਹਨੂੰ ਇਕੱਠਾ ਕੀਤਾ ਜਾ ਰਿਹਾ ਹੈ। 5 ਲੋਕਾਂ ਦੀਆਂ ਇੱਥੋਂ ਲਾਸ਼ਾਂ ਕੱਢੀਆਂ ਗਈਆਂ ਨੇ। 5 ਲੋਕ ਹੀ ਸਥਿਤੀ 'ਚ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਕੈਪਟਨ ਅਰੁਣ ਮੱਲਾ ਸੀ ਜੋ ਇਸ ਹੈਲੀਕਾਪਟਰ ਨੂੰ ਉਡਾ ਰਹੇ ਸਨ, ਅਤੇ ਬਾਕੀ 4 ਚੀਨੀ ਨਾਗਰਿਕ ਦੱਸੇ ਜਾ ਰਹੇ ਨੇ ਜੋ ਇਸ ਹੈਲੀਕਾਪਟਰ ਦੇ ਵਿੱਚ ਸਵਾਰ ਸਨ, ਅਤੇ 5 ਦੀ ਹੀ ਜਾਨ ਚਲੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੁਪਹਿਰ 1:54 'ਤੇ ਕਠਮੰਡੂ ਤੋਂ ਰਵਾਨਾ ਹੋਇਆ ਸੀ ਅਤੇ ਸਿਆਈਬ੍ਰੂ ਫੈਂਸੀ ਦੇ ਵਿੱਚ ਇਸਨੇ ਜਾਣਾ ਸੀ, ਪਰ ਉਸ ਤੋਂ ਪਹਿਲਾਂ ਹੀ ਸ਼ਿਵਪੁਰੀ ਇਲਾਕੇ ਦੇ ਵਿੱਚ ਜਾ ਕੇ ਇਹ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਹਾਲਾਂਕਿ ਇਸ ਹੈਲੀਕਾਪਟਰ ਦੇ ਕ੍ਰੈਸ਼ ਹੋਣ ਦੀ ਵਜ੍ਹਾ ਕੀ ਰਹੀ ਹੈ ਇਹ ਹਾਲੇ ਤੱਕ ਪਤਾ ਨਹੀਂ ਲੱਗਿਆ। ਜਾਂਚ ਕੀਤੀ ਜਾ ਰਹੀ ਹੈ, ਜੋ ਹੈਲੀਕਾਪਟਰ ਹੈ ਉਸਦਾ ਮਲਬਾ ਚੈੱਕ ਕੀਤਾ ਜਾ ਰਿਹਾ ਹੈ, ਫਰੋਲਿਆ ਜਾ ਰਿਹਾ ਹੈ। 5 ਲੋਕਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਕੱਢ ਲਈਆਂ ਗਈਆਂ ਨੇ, ਜਿਨ੍ਹਾਂ ਦੇ ਵਿੱਚ ਇੱਕ ਕੈਪਟਨ ਵੀ ਹੈ, ਜਿਨ੍ਹਾਂ ਦੇ ਵਿੱਚ ਇੱਕ ਇਸ ਹੈਲੀਕਾਪਟਰ ਨੂੰ ਉਡਾਉਣ ਵਾਲੇ ਕੈਪਟਨ ਅਰੁਣ ਮੱਲਾ ਅਤੇ 4 ਚੀਨੀ ਨਾਗਰਿਕ ਨੇ। 5 ਦੀ ਹੀ ਇੱਥੇ ਮੌਤ ਹੋ ਚੁੱਕੀ ਹੈ। ਇੱਥੇ ਵੀ ਦੱਸਿਆ ਜਾ ਰਿਹਾ ਕਿ ਨੇਪਾਲ ਦੇ ਵਿੱਚ ਕੁਝ ਸਮਾਂ ਪਹਿਲਾਂ ਵੀ ਇੱਕ ਜਹਾਜ਼ ਕ੍ਰੈਸ਼ ਹੋਇਆ ਸੀ। ਕੁਝ ਹਫ਼ਤੇ ਪਹਿਲਾਂ ਹੀ ਇਹ ਹਾਦਸਾ ਵਾਪਰਿਆ ਸੀ ਅਤੇ ਉਦੋਂ ਵੀ 18 ਲੋਕਾਂ ਦੀ ਮੌਤ ਹੋ ਗਈ ਸੀ, ਤਾਂ ਹੁਣੇ ਹੈਲੀਕਾਪਟਰ ਕ੍ਰੈਸ਼ ਹੋਇਆ ਜਿਸ ਵਿੱਚ 5 ਲੋਕ ਸਵਾਰ ਸਨ ਅਤੇ 5 ਦੀ ਹੀ ਮੌਤ ਹੋ ਚੁੱਕੀ ਹੈ। ਫਿਲਹਾਲ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਹੈਲੀਕਾਪਟਰ ਕ੍ਰੈਸ਼ ਕਿਵੇਂ ਹੋਇਆ, ਕਿਉਂਕਿ ਅਸਮਾਨ ਦੇ ਵਿੱਚ ਕ੍ਰੈਸ਼ ਹੋਣ ਤੋਂ ਬਾਅਦ ਹੈਲੀਕਾਪਟਰ ਦਾ ਮਲਬਾ ਸ਼ਿਵਪੁਰੀ ਇਲਾਕੇ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਡਿੱਗਿਆ ਹੋਇਆ ਹੈ ਜਿਹਨੂੰ ਸਮੇਟਿਆ ਜਾ ਰਿਹਾ ਹੈ, ਅਤੇ ਫਿਰ ਜਾਂਚ ਕੀਤੀ ਜਾਏਗੀ ਕਿ ਆਖਿਰ ਇਸ ਹੈਲੀਕਾਪਟਰ ਦੇ ਕ੍ਰੈਸ਼ ਹੋਣ ਦੀ ਵਜ੍ਹਾ ਕੀ ਰਹੀ ਹੈ। ਅਸਮਾਨ ਚੜਦੇ ਹੋਏ ਹੈਲੀਕਾਪਟਰ ਦੇ ਨਾਲ ਇੱਕ ਵੱਡਾ ਹਾਦਸਾ ਵਾਪਰਿਆ ਜਿੱਥੇ ਉੜਦਿਆਂ ਹੋਇਆ ਹੈਲੀਕਾਪਟਰ ਕ੍ਰੈਸ਼ ਹੋ ਗਿਆ ਅਤੇ ਇਸ ਵਿੱਚ ਸਵਾਰ 5 ਲੋਕਾਂ ਦੀ ਦਰਦਨਾਕ ਮੌਤ ਹੋਈ ਹੈ। ਦੱਸ ਦਈਏ ਕਿ ਇਸ ਹੈਲੀਕਾਪਟਰ ਦੇ ਪਾਇਲਟ ਸਨੇ 5 ਲੋਕਾਂ ਦੀ ਜਾਨ ਚਲੀ ਗਈ ਹੈ। ਮਲਬਾ ਹੇਠਾਂ ਜ਼ਮੀਨ 'ਤੇ ਖਿਲਰਿਆ ਹੋਇਆ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ ਅਧਿਕਾਰੀਆਂ ਦੇ ਵੱਲੋਂ। ਏਅਰ ਡਾਇਨੈਸਟੀ ਹੈਲੀਕਾਪਟਰ ਦੱਸਿਆ ਜਾ ਰਿਹਾ ਹੈ ਜੋ ਕਠਮੰਡੂ ਤੋਂ ਰਵਾਨਾ ਹੋਇਆ ਸੀ ਸਿਆਈਬ੍ਰੂ ਫੈਂਸੀ 'ਚ ਜਾਣਾ ਸੀ ਉਹਨੇ, ਪਰ ਉਸ ਤੋਂ ਪਹਿਲਾਂ ਰਾਹ ਦੇ ਵਿੱਚ ਹੀ ਨੇਪਾਲ ਦੇ ਨੁਆਕੋਟ ਜ਼ਿਲ੍ਹੇ ਦੇ ਵਿੱਚ ਸ਼ਿਵਪੁਰੀ ਇਲਾਕੇ ਦੇ ਵਿੱਚ ਇਹ ਹੈਲੀਕਾਪਟਰ ਕ੍ਰੈਸ਼ ਹੋ ਕੇ ਜ਼ਮੀਨ 'ਤੇ ਡਿੱਗਿਆ। ਜ਼ਮੀਨ 'ਤੇ ਸਿਰਫ ਮਲਬਾ ਹੀ ਡਿੱਗਿਆ, ਉੱਤੋਂ ਹੀ ਇਹ ਕ੍ਰੈਸ਼ ਹੋ ਕੇ ਮਲਬਾ ਜਿਹੜਾ ਇਸ ਹੈਲੀਕਾਪਟਰ ਦਾ ਆ ਉਹ ਜਗ੍ਹਾ ਜਗ੍ਹਾ 'ਤੇ ਖਿਲਰ ਗਿਆ। ਸ਼ਿਵਪੁਰੀ ਇਲਾਕੇ ਦੇ ਵਿੱਚ ਥਾਂ ਥਾਂ 'ਤੇ ਇਸ ਹੈਲੀਕਾਪਟਰ ਦਾ ਮਲਬਾ ਡਿੱਗਿਆ ਹੋਇਆ ਹੈ ਜਿਹਨੂੰ ਇਕੱਠਾ ਕੀਤਾ ਜਾ ਰਿਹਾ ਹੈ। 5 ਲੋਕਾਂ ਦੀਆਂ ਇੱਥੋਂ ਲਾਸ਼ਾਂ ਕੱਢੀਆਂ ਗਈਆਂ ਨੇ। 5 ਲੋਕ ਹੀ ਸਥਿਤੀ 'ਚ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਕੈਪਟਨ ਅਰੁਣ ਮੱਲਾ ਸੀ ਜੋ ਇਸ ਹੈਲੀਕਾਪਟਰ ਨੂੰ ਉਡਾ ਰਹੇ ਸਨ, ਅਤੇ ਬਾਕੀ 4 ਚੀਨੀ ਨਾਗਰਿਕ ਦੱਸੇ ਜਾ ਰਹੇ ਨੇ ਜੋ ਇਸ ਹੈਲੀਕਾਪਟਰ ਦੇ ਵਿੱਚ ਸਵਾਰ ਸਨ, ਅਤੇ 5 ਦੀ ਹੀ ਜਾਨ ਚਲੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਦੁਪਹਿਰ 1:54 'ਤੇ ਕਠਮੰਡੂ ਤੋਂ ਰਵਾਨਾ ਹੋਇਆ ਸੀ ਅਤੇ ਸਿਆਈਬ੍ਰੂ ਫੈਂਸੀ ਦੇ ਵਿੱਚ ਇਸਨੇ ਜਾਣਾ ਸੀ, ਪਰ ਉਸ ਤੋਂ ਪਹਿਲਾਂ ਹੀ ਸ਼ਿਵਪੁਰੀ ਇਲਾਕੇ ਦੇ ਵਿੱਚ ਜਾ ਕੇ ਇਹ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਹਾਲਾਂਕਿ ਇਸ ਹੈਲੀਕਾਪਟਰ ਦੇ ਕ੍ਰੈਸ਼ ਹੋਣ ਦੀ ਵਜ੍ਹਾ ਕੀ ਰਹੀ ਹੈ ਇਹ ਹਾਲੇ ਤੱਕ ਪਤਾ ਨਹੀਂ ਲੱਗਿਆ। ਜਾਂਚ ਕੀਤੀ ਜਾ ਰਹੀ ਹੈ, ਜੋ ਹੈਲੀਕਾਪਟਰ ਉਸਦਾ ਮਲਬਾ
ਚੈੱਕ ਕੀਤਾ ਜਾ ਰਿਹਾ ਹੈ, ਫਰੋਲਿਆ ਜਾ ਰਿਹਾ ਹੈ। ਪੰਜ ਲੋਕਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਕੱਢ ਲਈਆਂ ਗਈਆਂ ਨੇ, ਜਿਨ੍ਹਾਂ ਦੇ ਵਿੱਚ ਇੱਕ ਕੈਪਟਨ ਵੀ ਹੈ, ਜਿਨ੍ਹਾਂ ਦੇ ਵਿੱਚ ਇੱਕ ਇਸ ਹੈਲੀਕਾਪਟਰ ਨੂੰ ਉਡਾਣ ਵਾਲੇ ਕੈਪਟਨ ਅਰੁਣ ਮੱਲਾ ਅਤੇ ਚਾਰ ਚੀਨੀ ਨਾਗਰਿਕ ਨੇ। ਪੰਜਾਂ ਦੀ ਹੀ ਇੱਥੇ ਮੌਤ ਹੋ ਚੁੱਕੀ ਹੈ। ਇੱਥੇ ਵੀ ਦੱਸਿਆ ਜਾ ਰਿਹਾ ਹੈ ਕਿ ਨੇਪਾਲ ਦੇ ਵਿੱਚ ਕੁਝ ਸਮਾਂ ਪਹਿਲਾਂ ਵੀ ਇੱਕ ਜਹਾਜ਼ ਕਰੈਸ਼ ਹੋਇਆ ਸੀ। ਕੁਝ ਹਫ਼ਤੇ ਪਹਿਲਾਂ ਹੀ ਇਹ ਹਾਦਸਾ ਵਾਪਰਿਆ ਸੀ ਅਤੇ ਉਦੋਂ ਵੀ 18 ਲੋਕਾਂ ਦੀ ਮੌਤ ਹੋ ਗਈ ਸੀ, ਤਾਂ ਹੁਣੇ ਹੈਲੀਕਾਪਟਰ ਕਰੈਸ਼ ਹੋਇਆ ਜਿਸ ਵਿੱਚ 5 ਲੋਕ ਸਵਾਰ ਸਨ ਅਤੇ 5 ਦੀ ਹੀ ਮੌਤ ਹੋ ਚੁੱਕੀ ਹੈ। ਫਿਲਹਾਲ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰ ਇਹ ਹੈਲੀਕਾਪਟਰ ਕਰੈਸ਼ ਕਿਵੇਂ ਹੋਇਆ, ਕਿਉਂਕਿ ਆਸਮਾਨ ਦੇ ਵਿੱਚ ਕਰੈਸ਼ ਹੋਣ ਤੋਂ ਬਾਅਦ ਹੈਲੀਕਾਪਟਰ ਦਾ ਮਲਬਾ ਸ਼ਿਵਪੁਰੀ ਇਲਾਕੇ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਡਿੱਗਿਆ ਹੋਇਆ ਹੈ, ਜਿਹਨੂੰ ਸਮੇਟਿਆ ਜਾ ਰਿਹਾ ਹੈ ਅਤੇ ਫਿਰ ਜਾਂਚ ਕੀਤੀ ਜਾਏਗੀ ਕਿ ਆਖਿਰ ਇਸ ਹੈਲੀਕਾਪਟਰ ਦੇ ਕਰੈਸ਼ ਹੋਣ ਦੀ ਵਜ੍ਹਾ ਕੀ ਰਹੀ ਹੈ।